ਮੈਂ ਨਾ ਬੈਠੀ ਬੈਠੀ ਨੇ ਮਾਂਜਿਆ ਬਣਾ ਲਏ, ਮੈਂ ਰੱਖੜੀ ਨਾ ਬੰਨਵਾ ਵੀਰ ਆਪਣੇ ਇਧਰ ਉਧਰ ਤੁਰੀ ਫਿਰਿਆ ਕਰੇ ਤੇ ਚੱਲ ਮਾੜਾ ਧਿਆਨ ਹੀ ਰੱਖੀ। ਮੈਂ ਚੱਲੀ ਫਿਰ ਮੈਂ ਤਿਆਰ ਹੋ ਕੇ ਮੈਂ ਦੱਸਾਂ ਵਾ ਤੇ ਮੈਂ ਜਾਣਾ ਵਾ। ਇਹ ਤੇ ਪਾਪਾ ਹੀ ਜਾਊਗਾ ਚੜਾਉਣ। ਹਾਂ ਮੈਂ ਸਵੇਰੇ ਆ ਜਾਊ, ਮੁੜ ਕੇ ਫਿਰ ਤੂੰ ਚੱਲ ਜੀ ਰੱਖੜੀ ਬੰਨਣ। ਚੰਗਾ ਚੱਲ ਠੀਕ ਹੈ ਪ੍ਰੀਤ, ਫਿਰ ਮੈਂ ਚੱਲੀ ਹੂੰ। ਹੈ ਧਿਆਨ ਰੱਖੀ ਕੁੜੀ ਦਾ ਤੇ ਪੜ੍ਹਨ ਵੀ ਭਾਵੇਂ ਇਹਨੂੰ ਚੰਗਾ, ਟੀਵੀ ਨਾ ਵਹਿੰਦੀ ਰਵੇ। ਮੈਂ ਆ ਜਾਊਂਗੀ ਸਵੇਰੇ। ਹਾਂ ਹਾਂ ਮੈਂ ਆ ਜਾਊਂਗੀ। ਮੈਂ ਆਉਣੀ ਪੰਜਾਂ ਮਿੰਟਾਂ ਚ।
ਕੰਮ ਕਰਕੇ ਲੀੜੇ ਸੁੱਕਣੇ ਪਾਉਣ ਵਾਲੇ ਮੇਰੇ ਮੇਰੇ ਅੰਦਰ ਗੱਡੇ ਚੀਰੇ ਹੋਣੇ ਚਾਹੀਦੇ, ਜਿਹਦੇ ਵੱਜਣੀਆਂ ਬੜੀ ਗਈ ਤੇਰੀ ਮਾਂ ਨੀ ਬੈਠੀ ਬਚਾ ਲਓ ਤੈਨੂੰ, ਤੈਨੂੰ ਦੱਸਦਾ ਮੈਂ ਸਗੋਂ ਜ਼ਿਆਦਾ ਭੂਏ ਚੜ੍ਹਦੀ ਤੂੰ ਚਾਚੀ ਕੰਮ ਹੀ ਨੀ ਕਰਾਉਂਦੀ, ਹੁਣ ਕੰਮ ਕਰਾਉਣ ਲੱਗ ਪਈ ਆ। ਸ਼ਬਦੀ ਤੇ ਵੀ ਡਰ ਤਾ ਵਾਗੀ, ਪਤਾ ਨੀ ਕੀ ਕਰੂਗੀ ਮੇਰੇ ਨਾਲ। ਮੰਮੀ ਨੇ ਚੱਲੇ ਸਵੇਰੇ ਆਉਣਾ ਆ ਨਾ, ਮੇਰੇ ਕੋਲ ਤਾਂ ਸਵੇਰੇ ਵੀ ਨੀ ਜਾਣਾ। ਮੈਨੂੰ ਤੇ ਚਾਚੀ ਨੇ ਕਰਨ ਹੀ ਨੀ ਦੇਣਾ, ਕੰਮ ਵੀ ਲਾਈ ਰੱਖਣਾ, ਮੈਂ ਕੀ ਕਰੂੰਗੀ? ਮੈਨੂੰ ਤੇ ਸਮਝ ਨੀ ਲੱਗਣ ਦੇ ਯਾਰ, ਮੈਮ ਨੇ ਗੁੱਸੇ ਹੋਣਾ ਤੇ ਮੈਂ ਕੰਮ ਨਾ ਕੀਤਾ, ਹੁਣ ਕੀ ਕਰਾਂ?
ਬਦਲ ਹੋਇਆ ਰੋਟੀਆਂ ਲਾਉਣੀਆਂ ਮਿਲ ਗਿਆ ਜ਼ਰੂਰੀ ਕੰਮ ਆਇਆ ਉਸ ਤੋਂ
ਕੋਈ ਨੀ ਜਦੋਂ ਕੰਮ ਆਏਗਾ ਮੰਮੀ ਤੇਰੀ ਨੇ ਆਪੇ ਦੱਸ ਦੇਣਾ। ਉੱਥੇ ਪਖੰਡ ਜੇ ਨਾ ਕਰ, ਗੱਲਾਂ ਜਿਹੀਆਂ ਸੇਕ ਦੇਣੀਆਂ। ਮੈਂ ਚੱਲ ਜਾ ਅੰਦਰ ਤੇ ਆਟਾ ਗੁੰਨ ਚੱਲ ਕੇ। ਮੈਂ ਮਾਰ ਕੇ ਚਪੇੜ ਤੇ ਪੁੱਠੀ ਕਰ ਦੇਣੀ। ਆਟਾ ਗੁੰਨਣਾ ਕਿਤੇ ਤੂੰ ਘੋਲ ਨੀ ਘੋਲਣਾ ਦੇਣਾ। ਚੱਲ ਕੇ ਮੈਂ ਚੱਲ ਦੱਸ ਪਰਾਤ ਛਾਣ, ਮੈਂ ਤੈਨੂੰ ਜਾ ਸਿਖਾਉਣੀ। ਚੱਲ ਜਾ ਸਰਾਣੇ ਖਲੋ ਗਈ ਮੇਰੇ ਆਣ ਕੇ। ਚੱਲ ਮਾਰ ਕੇ ਚਪੇੜ ਪੁੱਠੀ ਕਰ ਦੇਣੀ। ਮੈਂ ਤੈਨੂੰ ਕਿਹਾ ਕੁਛ ਨੀ ਅਜੇ, ਤੈਨੂੰ ਦੱਸ ਪਈ ਮੈਂ ਤੇ ਚੱਲ ਕੇ ਆਟਾ ਛਾਣ ਲਾ। ਜਾਣਾ ਕਿ ਦੂਜੀ ਤਰ੍ਹਾਂ ਜਾਣਾ, ਫਿਰ ਮੈਂ ਮਾਰਾਂ ਇੱਕ ਗੱਲ ਤੇਰੀ ਤੇ। ਕਿੱਦੀ ਭੂਏ ਚੜਾਈ ਲਾਡੋ ਜੀ ਬਣੀ ਰਹਿੰਦੀ ਆ, ਕੱਖ ਆਉਂਦਾ ਨੀ ਰੋਟੀਆਂ ਖਾਣ ਦਾ ਪਤਾ ਬਸ। ਆਟਾ ਛਾਣ ਦੇ ਛੇਤੀ ਛੇਤੀ, ਤੇਰੇ ਡੇਂਗਾ ਨਾ ਛੋੜੀ ਸੋਈ ਚ ਜਾ ਕੇ ਭੰਨਣੀ ਬੜੀ ਆ ਗਈ। ਆਟਾ ਛਾਣ ਤੇ ਪਾਣੀ ਪਾ ਭਾਂਡੇ ਚ, ਮੈਂ ਆ ਗਈ। ਤੈਨੂੰ ਮੈਂ ਜਾ ਸਿਖਾਉਣੀ ਜਿਹੜੇ ਤੈਨੂੰ ਵੀ ਨਾ ਕੰਮ ਆਉਂਦੇ ਤੈਨੂੰ।
ਦੇ ਫੋਨ ਕੀਤੇ, ਕੋਈ ਫੋਨ ਨਹੀਂ ਚੁੱਕਿਆ, ਕੋਈ ਕੁਛ ਨਹੀਂ ਗਾ ਵੀ ਉਹਨੇ ਆਉਣਾ ਵਾ ਤਾਂ ਗੁਰੂ ਲੈ ਆਈ, ਐਡਾ ਵੀ ਬੰਦਾ ਗੁਰੂ ਦੀ ਤਰ੍ਹਾਂ ਹੁੰਦਾ, ਕੋਈ ਕਾਰ ਨਹੀਂ ਦਿੰਦਾ ਕਿ ਪਿੰਡ ਦੂਰ ਖਾ ਕੇ ਤੁਰ ਤੁਰ ਕੇ ਲੱਤਾਂ ਦੁਕਾਨਾਂ ਚੁੱਕੀਆਂ, ਬੰਦਾ ਤਾਂ ਲੈ ਹੀ ਆਉਂਦਾ ਫੋਨ ਵੀ। ਚਾਚੀ ਮਗਰ ਕੰਮ ਕੁੰਮ ਨੀ ਕਰਾਉਂਦੀ, ਗੁੱਸੇ ਗੱਸੇ ਤਾਂ ਨੀ ਹੁੰਦੀ ਸੀਗੀ, ਬੜਾ ਵਧੀਆ ਰਹੀ ਹਾਂ, ਨਹੀਂ ਮੈਨੂੰ ਪਤਾ ਸੀ, ਮੈਂ ਤਾਂ ਹੀ ਤੈਨੂੰ ਛੱਡ ਕੇ ਗਈ, ਮੈਨੂੰ ਪਤਾ ਸੀ ਇਹ ਵਧੀਆ ਕਰਦੀ ਵਾਧੂ ਕਰਦੀ, ਇਹਨੇ ਕੰਮ ਕਿੱਥੋਂ ਤੈਨੂੰ ਤੇਰੇ ਕੋਲੋਂ ਕਰਾਉਣਾ ਵਾ, ਚੱਲ ਵਧੀਆ ਕਿ ਸਗੋਂ ਮੈਨੂੰ ਟੈਨਸ਼ਨ ਨੀ ਹੈਗੀ ਤਾਂ ਬੰਦਾ ਛੱਡ ਜਾਵੇ, ਹੁਣ ਤੇਰੀ ਪੜ੍ਹਾਈ ਖਰਾਬ ਹੁੰਦੀ ਆ ਨਹੀਂ ਤਾਂ ਮੈਂ ਤੈਨੂੰ ਲੈ ਜਾਂਦੀ, ਤੇ ਕਦੋਂ ਕਦੇ ਨਹੀਂ ਪੜ੍ਹਦਾ, ਰੋਟੀ ਰਾਟੀ ਖਾ ਲਈ? ਬੜੇ ਸਿਰ ਚ ਪੜ੍ਹਨੀ। ਅੱਛਾ ਰੋਟੀ ਖਾ ਲਈ? ਚੱਲ ਠੀਕ ਆ, ਤੇਰੀ ਪੜ੍ਹਨੀ ਮੈਨੂੰ ਭੁੱਖ ਲੱਗੀ ਤੇ ਮੈਂ ਨਾ ਕਰੀ ਮਾੜਾ ਨਹਾ ਲੂ ਤੇ ਰੋਟੀ ਖਾਵਾਂ, ਰੋਟੀ ਪੱਕੀ? ਕੋਈ ਨੀ ਮੈਂ ਨਹਾ ਲੂ ਕੇ ਖਾਣੀ ਰੋਟੀ, ਏਦਾਂ ਨੀ ਮੇਰਾ ਜੀ ਕਰਦਾ, ਮੈਨੂੰ ਪਸੀਨਾ ਬੜਾ ਆਇਆ। ਲੜਾਈ ਪੈ ਜਾਂਦੀ ਤੇ ਮੈਂ ਵੀ ਖਾਮ ਖਾ ਤੁਹਾਡੇ ਵਿੱਚ ਲੜਾਈ ਪਾ ਦਿੰਦੀ, ਫਿਰ ਮੰਮਾ ਨੇ ਤੁਹਾਡੇ ਨਾਲ ਬੋਲਣਾ ਨੀ। ਅੱਛਾ ਤੈਨੂੰ ਇੰਨੀ ਸਮਝ ਹੈਗੀ ਤੈਨੂੰ? ਸਾਰਾ ਕੁਛ ਦੱਸ ਦੇ ਨਾ ਕੁੜੀ ਨੇ ਆਪਣੀ ਮਾਂ ਨੂੰ, ਘਰੇ ਦੱਸ ਵੀ ਕੱਖ ਨਹੀਂ, ਤੇਰੇ ਵੀ ਵਧੀਆ ਕੀਤਾ, ਨਹੀਂ ਦੱਸਿਆ ਕੁੜੀ ਨੂੰ, ਦੱਸਿਆ ਮੈਨੂੰ ਕਿ ਮੈਂ ਤੈਨੂੰ ਸਮਝਿਆ, ਉਹ ਤੂੰ ਸੋਰੀ, ਮੈਂ ਤੇਰੇ ਨਾਲ ਬੜਾ ਗਲਤ ਕੀਤਾ।
ਤੇਰੀ ਮੰਮੀ ਚੱਲ ਗਈ, ਮੈਂ ਤੇਰੇ ਸਾਰਾ ਹੀ ਕੰਮ ਕਰਾਇਆ ਹੈ, ਮੈਂ ਤੇ ਤੈਨੂੰ ਬੜਾ ਤਾਂ ਸਮਝਦੀ ਹਾਂ ਵੀ ਵਿਹਲੀ ਬੈਠੀ ਰਹਿੰਦੀ ਹੈ, ਕੰਮੇ ਕੰਮ ਕਰਾਉਂਦੀ ਹੈ ਦੇਖੋ, ਪਰ ਤੂੰ ਤਾਂ ਬੜੀ ਸਮਝਦਾਰ ਨਿਕਲੀ, ਤੂੰ ਤਾਂ ਕਿਤੇ ਮੇਰੇ ਨਾਲ ਵੀ ਸਿਆਣੀ ਨਿਕਲੀ। ਪੁੱਤ ਸੋਰੀ, ਮੈਂ ਤਾਂ ਗਲਤੀ ਹੋ ਗਈ, ਮੈਨੂੰ ਮਾਫ਼ ਕਰੀ। ਪੁੱਤ ਸੋਰੀ, ਜੇ ਤੂੰ ਚਾਹੁੰਦੀ ਤਾਂ ਆਪਣੀ ਮੰਮੀ ਨੂੰ ਸਾਰਾ ਕੁਛ ਦੱਸ ਸਕਦੀ, ਤੂੰ ਮਿੰਟਾਂ 'ਚ ਲੜਾਈ ਪੈ ਜਾਣੀ ਸੀ ਆਪਣੇ ਘਰ, ਤੂੰ ਬੜਾ ਵਧੀਆ ਕੀਤਾ ਜੇ ਤੂੰ ਆਪਣੀ ਮੰਮੀ ਨੂੰ ਗੱਲ ਨਹੀਂ ਦੱਸੀ। ਚਾਚੀ ਕੋਈ ਗੱਲ ਨੀ, ਹੁਣ ਤੂੰ ਇਹ ਗੱਲ ਛੱਡੋ, ਹੁਣ ਮੈਂ ਵੀ ਮੰਮੀ ਨੂੰ ਦੱਸੀ, ਮੰਮੀ ਨੂੰ ਕੋਈ ਨੀ ਪਤਾ ਚੱਲਣਾ, ਹੁਣ ਤੂੰ ਹੀ ਰਹਿਣ ਦੋ, ਇੰਨਾ ਸੋਰੀ ਨਾ ਮੰਗੋ ਮੇਰੇ ਤੋਂ। ਤੂੰ ਦੱਸਿਆ ਕਿਉਂ ਨੀ ਆਪਣੀ ਮੰਮੀ ਨੂੰ? ਮੈਸਲੇ ਨੇ ਦੱਸਿਆ, ਫਿਰ ਤੁਹਾਡੇ ਦੋਵਾਂ ਦੇ ਵਿੱਚ ਲੜਾਈ ਪੈ ਜਾਣੀ, ਤੁਹਾਡੇ ਦੋਵਾਂ 'ਚ ਲੜਾਈ ਪੈ ਜਾਂਦੀ, ਫਿਰ ਤੁਸੀਂ ਬੋਲਣਾ ਨੀ ਨਾ ਇੱਕ ਦੂਜੇ ਨਾਲ। ਮੇਰੇ ਨਾਲ ਸਿਆਣੀ ਕੁੜੀ ਦੀ ਤੂੰ ਹੀ ਨਿਕਲੀ, ਮੈਂ ਤਾਂ ਫਿਰ ਵੀ ਤਾਂ ਤੂੰ ਇੰਨਾ ਕੰਮ ਕਰਾਉਂਦੀ ਰਹੀ, ਪਿੱਛੋਂ ਸਾਰਾ ਕੰਮ ਕਰਾਇਆ, ਅਤੇ ਮੈਨੂੰ ਵੀ ਸਗੋਂ ਡਰ ਵੀ ਕਿ ਜੇ ਤੂੰ ਆਪਣੀ ਮੰਮੀ ਨੂੰ ਦੱਸਦਾ ਤਾਂ ਆਪਣੇ ਘਰ ਲੜਾਈ ਪੈ ਜੂਗੀ। ਮੈਂ ਤਾਂ ਤੈਨੂੰ ਫਿਰ ਐਵੇਂ ਸਮਝ ਛੱਡਿਆ, ਸੋਰੀ ਪੁੱਤ, ਮੈਨੂੰ ਮਾਫ਼ ਕਰੀ, ਮੈਂ ਬਾਅਦ 'ਚੋਂ ਵੀ ਤੇਰੇ ਨਾਲ ਗੱਲ ਕਰ ਲਈ। ਠੀਕ ਆ, ਕੋਈ ਨਹੀਂ, ਠੀਕ ਆ, ਚੱਲ ਜਾ ਪੜ੍ਹ ਲਾ ਹੁਣ। ਮੈਂ ਰੋਟੀ ਖਾਣੀ, ਮੈਂ ਰੋਟੀ ਲਿਆਦਾ ਤੇਰੀ। ਹਾਂ ਲਿਆ ਦੂੰ। ਠੀਕ, ਕੁੜੀ ਤਾਂ ਬੜੀ ਸਿਆਣੀ ਨਿਕਲੀ, ਮੈਂ ਤੈਨੂੰ ਐਵੇਂ ਸਮਝਿਆ।